चंडीगढ़ के मेयर कुलदीप कुमार ने 24 घंटे पानी देने और 20,000 लीटर फ्री पानी के मुद्दे को लेकर आज एक बैठक बुलाई थी। इसको लेकर बैठक में जमकर हंगामा हुआ। 24 घंटे पानी की परियोजना पर पिछले कई साल से काम चल रहा है। मनीमाजरा से यह प्रोजेक्ट लॉन्च होने वाला है। चंडीगढ़ के मेयर कुलदीप कुमार का कहना है कि चंडीगढ़ में किसी ने भी 24 घंटे पानी नहीं मांगा है। 24 घंटे पानी की परियोजना से फजूल खर्ची हो रही है, इससे पैसे और पानी दोनों की बर्बादी होगी। 24 घंटे पानी की बजाय 20,000 लीटर पानी मुफ्त देना ज्यादा ठीक है। दिल्ली में भी गवर्नर ने ऐसा करने से रोका था, लेकिन उनकी पार्टी ने करके दिखाया है। चंडीगढ़ में भी उन्हें रोका जा रहा है, लेकिन वह फिर भी इसे लागू करके दिखाएंगे। इसी बात को लेकर हंगामा यहाँ तक बढ़ गया कि भारतीय जनता पार्टी के कुछ पार्षदों को हाउस से बाहर निकाल दिया गया। दूसरी तरफ बीजेपी के पार्षद और पेशे से वकील महेश इंदर सिद्धू ने कहा कि ये बैठक अवैध है। झूठ चल रहा, जेड़ा इन्होंने झूठ कहा होया, दिल्ली च वो करता, दिल्ली च ऐ करता। मैं लगता मैं सानू अज मीडिया नु एक वीडियो दिखा देवा, ये दिल्ली का हाल है। इधर पर ਇਹਦੇ ਚ ਪਰ ਗੱਲ ਇਹ ਇੱਕ ਤੁਸੀਂ ਇੱਕ ਚੀਜ਼ ਦੱਸੋ ਕਿ ਮੇਅਰ ਦੀ ਇੱਕ ਮਰਿਆਦਾ ਹੁੰਦੀ ਹੈਗੀ, ਤੁਸੀਂ ਤਾਂ ਜਿਵੇਂ ਛਿੱਕੇ ਟੰਗਦਾ ਸਾਰਾ ਕੁਛ, ਕੋਈ ਤਾਂ ਰੰਦੂ ਮੇਅਰ ਆ, ਕਦੇ ਤੁਸੀਂ ਕਹਿੰਦੇ ਸਾਡੀ ਜੁਗਤੀ ਤੇ ਲੈ ਕੇ ਉਹ ਕਹਿ ਰਹੇ ਮਰਿਆਦਾ ਹੁੰਦੀ। ਦੇਖੋ ਜੀ ਤੁਹਾਡਾ ਐਮਸੀ ਅੰਦਰ ਸਰਾਮ ਚੈਲੰਜ ਕਰੀ ਜਾਂਦਾ, ਕਹਿੰਦਾ ਬਾਹਰ ਕੱਢੇ ਮੇਰੀ, ਕੌਣ ਕਹਿੰਦਾ ਸੀ? ਇੱਕ ਤੁਹਾਡਾ ਐਮਸੀ, ਦੇਖੋ ਮੇਰੀ ਗੱਲ, ਮੈਂ ਇਹ ਕਹਿ ਰਿਹਾ ਵੀ ਮੇਅਰ ਠੀਕ ਹੈ, ਮੇਅਰ ਦੀ ਅਸੀਂ ਰਿਸਪੈਕਟ ਕਰਦੇ ਹਾਂ, ਸ਼ਹਿਰ ਦਾ ਮੇਅਰ ਹੈ, ਅਸੀਂ ਇੱਜ਼ਤ ਕਰਦੇ ਹਾਂ ਮੇਅਰ ਦੀ, ਪਰ ਜਿੱਦਾਂ ਦੀ ਉਹ ਹਰਕਤਾਂ ਕਰ ਰਹੇ ਹੋ, ਤੁਸੀਂ ਵੀ ਦੇਖ ਰਹੇ ਹੋ, ਪੂਰੀ ਜਨਤਾ ਦੇਖ ਰਹੀ ਹੈ, ਚੰਡੀਗੜ੍ਹ ਦੇ ਸ਼ਹਿਰ ਦੇ ਲੋਕ ਦੇਖ ਰਹੇ ਨੇ ਵੀ ਉਹ ਕਿੱਦਾਂ ਇੱਕ ਪੱਖੀ ਗੱਲ ਕਰ ਰਹੇ ਨੇ। ਪੱਖੀ ਗੱਲ ਕਰਨੀ ਚਾਹੀਦੀ ਹੈ ਪਹਿਲਾਂ। ਮੈਨੂੰ ਤੁਸੀਂ ਇਹ ਦੱਸੋ, ਮੇਅਰ ਸਾਰੇ ਸ਼ਹਿਰ ਦਾ, ਸਾਰੇ ਕੌਂਸਲਰਾਂ ਦਾ, ਵੀ ਸਿਰਫ ਆਪਣੀ ਪਾਰਟੀ ਦਾ ਹੀ ਮੇਅਰ ਹੈ? ਅਸੀਂ ਚੀਕ ਚੀਕ ਕੇ ਕਹਿ ਰਹੇ ਹਾਂ, ਸਾਡਾ ਗਲ ਬਹਿ ਗਿਆ। ਪਿਛਲੀ ਵਾਰ ਵੀ ਇਹਨਾਂ ਨੇ ਇਹੀ ਕੀਤਾ, ਸਾਡੇ ਮਾਈਕ ਸਾਰੇ ਕੌਂਸਲਰਾਂ ਦੇ ਬੰਦ ਕਰਾਤੇ ਗਏ। ਕਿਉਂ ਜੀ? ਅਸੀਂ ਚੰਡੀਗੜ੍ਹ ਸ਼ਹਿਰ ਦੇ ਨੁਮਿੰਦੇ ਨਹੀਂ, ਸਾਨੂੰ ਨਹੀਂ ਲੋਕਾਂ ਨੇ ਚੁਣ ਕੇ ਭੇਜਿਆ, ਅਸੀਂ ਵੀ ਲੋਕਾਂ ਦੀ ਲੜਾਈ ਲੜਨ ਆਏ ਹਾਂ ਜੀ। ਤੁਹਾਨੂੰ ਨਹੀਂ ਲੱਗਦਾ ਕਿ ਅੱਜ ਵੀ, ਚਲੋ ਜਿਹੜੇ ਏਜੰਡੇ ਆਏ ਡਿਵੈਲਪਮੈਂਟ ਦੀ ਗੱਲ ਹੈ, ਲੇਕਿਨ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਚੀਜ਼ਾਂ ਨੇ ਡਿਵੈਲਪਮੈਂਟ ਤਾਂ ਰੁਕੀ ਰਹੀ ਹੈ ਸ਼ਹਿਰ ਵਾਸੀਆਂ ਦੀ, ਨੁਕਸਾਨ ਜਾਂ ਹੋ ਰਿਹਾ ਉਹ ਅਲੱਗ ਹੋ ਰਿਹਾ, ਆਪਸੀ ਵਿਵਾਦ 'ਚ ਕੋਈ ਗੱਲ ਹੀ ਨਹੀਂ ਹੋ ਰਹੀ ਬਿਲਕੁਲ ਮੀਟਿੰਗ ਤੋਂ ਲੈ ਕੇ? ਬਿਲਕੁਲ ਜੀ, ਅਸੀਂ ਇਸ ਗੱਲ ਨਾਲ ਬਿਲਕੁਲ ਸਹਿਮਤ ਹੈ। ਅਸੀਂ ਉਹੀ ਗੱਲ ਮੇਅਰ ਸਾਹਿਬ ਨੂੰ ਸਮਝਾਉਣਾ ਚਾਹ ਰਹੇ ਹਾਂ ਵੀ ਤੁਹਾਡੇ ਬੰਦੇ ਜਿਹੜੇ ਤੁਹਾਡੀ ਪਾਰਟੀ ਦੇ ਲੋਕ ਨੇ ਵਿਵਾਦ ਕਰ ਰਹੇ ਨੇ, ਡਿਵੈਲਪਮੈਂਟ ਦੇ ਜਿਹੜੇ ਏਜੰਡੇ ਨੇ ਇਹ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂ ਨਹੀਂ ਮੇਅਰ ਸਾਹਿਬ ਮੰਨ ਰਹੇ? ਕਿਉਂ ਨਹੀਂ ਸਾਨੂੰ ਹੀ ਧਮਕਾ ਰਹੇ ਹੈ, ਸਾਨੂੰ ਹੀ ਧਮਕੀਆਂ ਦੇ ਰਹੇ ਹੈ, ਮੈਂ ਵਾਰਨਿੰਗ ਦੇ ਰਿਹਾ, ਲਾਸਟ ਮੈਂ ਇਹ ਕਰ ਰਿਹਾ ਵੀ ਮਤਲਬ ਮੇਅਰ ਸਾਹਿਬ ਕੋਲ ਇੱਕੋ ਹੀ ਮੁੱਦਾ ਰਹਿ ਗਿਆ ਵੀ ਬੀਜੇਪੀ ਵਾਲਿਆਂ ਨੂੰ ਚੱਕੋ, ਇਹ ਜਿਹੜੇ ਸੱਚ ਦੀ ਆਵਾਜ਼ ਚੱਕਦੇ ਆਏ ਹੈ ਇਹਨਾਂ ਦੀ ਆਵਾਜ਼ ਨੂੰ ਦਬਾਓ, ਮਾਨਸਰ ਬੁਲਾਓ ਤਾਂ ਬਾਹਰ ਸਿੱਟ ਦਿਓ, ਕਿਉਂ ਨਹੀਂ ਆਪਣੇ ਲੋਕਾਂ ਨੂੰ ਕਹਿ ਰਹੇ ਮਾਈਕ ਬੰਦ ਕਰਨ ਨੂੰ? ਠੀਕ ਹੈ, ਆਮ ਬੰਦਿਆਂ ਦੀ ਆਵਾਜ਼ ਨੂੰ, ਪਾਰਸ਼ਦਾਂ ਦੀ ਆਵਾਜ਼ ਨੂੰ ਚੱਕਣ ਨਹੀਂ ਦਿਆ ਜਾ ਰਿਹਾ। ਪਿਛਲੀ ਵਾਰ ਸਾਡੇ ਏਜੰਡਿਆਂ ਤੋਂ ਸਾਨੂੰ ਰੋਕਿਆ ਜਾ ਰਿਹਾ, ਅਸੀਂ ਆਪਣੇ ਏਜੰਡੇ 'ਤੇ ਗੱਲ ਨਹੀਂ ਰੱਖ ਪਾ ਰਹੇ, ਅਤੇ ਇਹ ਕੀ ਡਰੱਬ ਹੈ? ਅਸੀਂ ਮਾਰਸ਼ਲ ਬੁਲਾ ਕੇ ਬਾਹਰ ਕੱਢ ਦਾਂਗੇ, ਅਤੇ ਮੈਂ ਇਸ ਗੱਲ 'ਤੇ ਗਿਆ ਕਿ ਇਹੋ ਜਿਹੀ ਕਾਰਵਾਈ ਮੇਰੀ ਜੁੱਤੀ 'ਤੇ। ਪਰ ਉਹ ਸਾਫ ਤੌਰ 'ਤੇ ਕਹਿੰਦੇ ਨੇ, ਕਹਿੰਦੇ ਰੋਂਦੂ ਮੇਅਰ ਕਿਹਾ ਤੁਸੀਂ ਸ਼ਬਦ? ਰੋਂਦੂ ਮੇਅਰ ਅਸੀਂ ਇਹੀ ਕੱਲ੍ਹ ਦੇਖਿਆ, ਤੁਸੀਂ ਪ੍ਰੈਸ ਕਾਨਫਰੰਸ ਹੋਈ ਹੈ ਉੱਥੇ ਸਭ ਨੇ ਆਪਣੇ ਹਾਊਸ ਦੇ ਅੰਦਰ ਤੁਸੀਂ ਰੋਂਦੂ ਮੇਅਰ ਕਿਹਾ ਇਸ ਨੂੰ ਲੈ ਕੇ ਜਿਹੜਾ ਹੈਗਾ? ਰੋਂਦੂ ਮੇਅਰ ਹੈ ਹੀ ਹੈ ਜੀ ਸਾਰੀ ਜਗ੍ਹਾ, ਜਦੋਂ ਮੇਅਰ ਰੋਂਦਾ ਜੀ ਮੈਨੂੰ ਇਹ ਨਹੀਂ ਮਿਲਿਆ। ਅੱਜ ਮੈਨੂੰ ਇੱਕ ਗੱਲ ਦੱਸੋ, ਤੁਸੀਂ ਤਾਂ ਸਭ ਪੁਰਾਣੇ ਲੋਕ ਹੋ, ਅੱਜ ਏਜੰਡੇ ਦੀ ਲੱਗੀ ਹੈ 4 ਲਾਈਨਾਂ 'ਚ, 5 ਏਜੰਡੇ ਆਏ ਹੈ 3-3 ਲਾਈਨਾਂ ਦੇ, ਉਸ ਤੋਂ ਬਾਅਦ ਕਿਸੇ ਡਿਸਕਸ਼ਨ ਹੋਣੀ ਹੈ? ਸਾਨੂੰ ਇਹੀ ਨਹੀਂ ਪਤਾ ਡਿਸਕਸ਼ਨ ਕਿਸ ਚੀਜ਼ ਤੇ ਹੋਣੀ ਹੈ? ਸਾਡੇ ਕੋਲ ਕੋਈ ਕਾਪੀ ਨਹੀਂ, ਪੇਜ ਨਹੀਂ, ਕੁਛ ਤਾਂ ਦਿਓ ਭਾਜੀ, ਡਿਸਕਸ਼ਨ ਕਾਹਦੇ ਤੇ ਕਰੀਏ? ਨਹੀਂ, ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਕੋਈ ਵੀ ਏਜੰਡਾ ਹੋਵੇ, ਕੋਈ ਵੀ ਡਿਵੈਲਪਮੈਂਟ ਦਾ ਕੰਮ ਹੋਵੇ, ਬੀਜੇਪੀ ਦਾ ਹੁਣ ਕੰਮ ਹੋ ਗਿਆ, ਕੋਈ ਕੰਮ ਨਹੀਂ ਕਰਨ ਦਿੰਦੀ। ਭਾਜੀ ਤੁਸੀਂ ਦੱਸੋ ਨਾ ਕਿਹੜਾ ਕੰਮ ਕਰ ਪਾਈ ਆਮ ਆਦਮੀ? ਜਿਹੜਾ ਝੂਠਾ ਲਾਰਾ ਲੋਕਾਂ ਨੂੰ ਲਾਇਆ ਸੀ ਗਵਰਨਰ ਸਾਹਿਬ ਨੇ ਕਲੀਅਰ ਕਰਤਾ, ਅਸੀਂ ਉਦੋਂ ਵੀ ਕਿਹਾ ਸੀ ਕਿ ਫਾਈਨੈਂਸ਼ੀਅਲ ਦੇਖ ਲਓ, ਸਾਨੂੰ ਤਾਂ ਬਾਹਰ ਕੱਢ, ਸਾਡੇ ਪਾਰਸ਼ਦਾਂ ਨੇ ਕਿਹਾ ਕਿ ਫਾਈਨੈਂਸ਼ੀਅਲ ਸਥਿਤੀ ਦੇਖੋ, ਕਿਆ ਤੁਸੀਂ ਕਰ ਸਕਦੇ ਹੋ?
ਨਹੀਂ ਕਰ ਸਕਦੇ ਸੀ। ਸਾਨੂੰ ਤਾਂ ਪਤਾ ਸੀ 100-150 ਕਰੋੜ ਦੇ ਘੱਟ 'ਚ ਪਹਿਲਾਂ ਘਰ ਪਿੱਛੇ ਚੱਲ ਰਹੀ ਹੈ ਪਾਣੀ ਦੇ ਇਸ਼ੂ ਦੇ, ਔਰ ਗਵਰਨਰ ਸਾਹਿਬ ਨੇ ਕੱਲ੍ਹ ਬਿਲਕੁਲ ਕਲੀਅਰ ਕਰਤਾ ਇਹਨਾਂ ਦੇ ਮੂੰਹ 'ਤੇ ਜੋ ਤਮਾਚਾ ਮਾਰਿਆ ਹੈ ਨਾ ਆਮ ਆਦਮੀ 'ਤੇ ਅਤੇ ਕਾਂਗਰਸ ਦੇ, ਸਾਰੀ ਜ਼ਿੰਦਗੀ ਯਾਦ ਰੱਖਣੀ। ਪਰ ਇਹਦੇ 'ਚ ਸਪਸ਼ਟ ਰੂਪ 'ਚ ਇਹ ਨਹੀਂ ਲੱਗਦਾ, ਕਿਉਂਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਇਹ ਗੱਲ ਕਹਿੰਦੇ ਨੇ, ਕਹਿੰਦੇ ਵੀ ਜਾਣ ਬੁੱਝ ਕੇ ਹੁਣ ਮੇਅਰ ਬਣਿਆ ਨਹੀਂ ਹੈਗਾ ਇਸ ਕਰਕੇ ਸਾਨੂੰ ਡਿਸਟਰਬ ਕੀਤਾ। ਦੇਖੋ ਕਾਂਗਰਸ ਨੇ ਆਪਣਾ ਦੀਨ ਮਾਨ ਇਮਾਨ ਸਭ ਕੁਝ ਵੇਚਦਾ, ਇਹ ਤਾਂ ਆਪ ਜਾ ਕੇ ਆਮ ਆਦਮੀ ਪਾਰਟੀ ਦੇ ਦਫ਼ਤਰ 'ਚ ਜਾ ਕੇ ਪ੍ਰੈਸ ਕਾਨਫਰੰਸ ਕਰਦੇ ਆ, ਲੱਕੀ ਜੀ ਦਾ ਇਹ ਹੱਲ ਹੋ ਗਿਆ, ਇਹ ਤਾਂ ਕਿਤੇ ਮੀਟਿੰਗ ਵੀ ਨਹੀਂ ਕਰਦੇ। ਮੈਂ ਤਾਂ ਕਹਿੰਦਾ ਨਾ ਦਮ ਹੈ ਅਤੇ ਆਮ ਆਦਮੀ ਵਾਲੇ ਕਿਤੇ ਆਪਣੇ ਕਾਂਗਰਸ ਵਾਲੇ ਦਫ਼ਤਰ 'ਚ ਵੀ ਬੁਲਾ ਲਿਓ ਇੱਕ ਵਾਰ, ਕਿਆ ਬਿਲਕੁਲ ਵੇਚ ਹੀ ਦਿੱਤਾ ਕਾਂਗਰਸ ਨੂੰ ਆਮ ਆਦਮੀ ਪਾਰਟੀ। ਪਰ ਹੁਣ ਗੱਲ ਇਹ ਹੈ ਵੀ ਅੱਗੇ ਨੂੰ ਜਿਹੜਾ ਇਲੀਗਲ ਮੀਟਿੰਗ ਦੱਸ ਰਿਹਾ ਅੱਜ ਦੀ ਮੀਟਿੰਗ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਇਲੀਗਲ ਹੈ? ਅੱਜ ਦੀ ਮੀਟਿੰਗ ਨੂੰ ਲੈ ਕੇ ਜਿਹੜਾ ਟਾਈਮ ਇਸ਼ੂ ਹੈ, ਟਾਈਮ ਇਸ਼ੂ ਦੇ ਸਾਡੀ ਗੱਲ ਸੀ ਕਿ 24 ਘੰਟੇ ਵੀ ਹਲੀ ਜਿਹੜੇ ਹੈ ਸਾਨੂੰ ਜਿਹੜਾ ਕਾਗਜ਼ ਹੈ ਬਹੁਤ ਲੇਟ ਮਿਲਿਆ, 24 ਘੰਟੇ ਵੀ ਉਸ 'ਚ ਟਾਈਮ ਨਹੀਂ ਸੀ। ਅਸੀਂ ਉਸ 'ਤੇ ਸਾਡੇ ਮਿਸ਼ਨ ਸਿੱਧੂ ਜੀ ਨੇ ਗੱਲ ਰੱਖੀ ਸੀ ਕਿ ਇਹ ਮੀਟਿੰਗ ਜਿਹੜੀ ਹੈ ਉਹ ਇਨਵੈਲਿਡ ਹੈ। ਉਹ ਜਨਤਾ ਦੀ ਭਲਾਈ ਕੀ ਕਰੂਗਾ ਜਿਹੜਾ ਇੱਕ ਰੈਗੂਲੇਸ਼ਨ ਨਹੀਂ ਪੜ ਸਕਦਾ? ਸ਼ਰਮ ਆਣੀ ਚਾਹੀਦੀ ਹੈ ਜੇ ਮੇਅਰ ਨੂੰ ਤਾਂ ਆਪਣੇ ਉੱਤੇ। ਪਰ ਹੁਣ ਕੀ ਹੁਣ ਤੁਹਾਨੂੰ ਬਾਹਰ ਕਰਤਾ ਹੈਗਾ ਤੇ ਜੀ, ਅਸੀਂ ਸਾਰੀ ਜ਼ਿੰਦਗੀ ਸੰਘਰਸ਼ ਹੀ ਕਰਨਾ ਸਿੱਖਿਆ ਸਾਨੂੰ, ਇਹ 12 ਬੁਰਾਂ ਤੋਂ ਕੋਈ ਡਰ ਨਹੀਂ ਲੱਗਦਾ। ਮੇਰੇ ਖਿਆਲ ਤੋਂ ਪੂਰੇ ਸਾਲ ਦੀ ਮੀਟਿੰਗ 'ਚ ਵੀ ਬਾਹਰ ਕੱਢਦੇ ਅਸੀਂ ਡਰਨ ਵਾਲੇ ਨਹੀਂ ਅਤੇ ਇਹਨਾਂ ਦਾ ਪੂਰਾ ਡਟ ਕੇ ਵਿਰੋਧ ਕਰਾਂਗੇ ਅੱਜ। ਔਰ ਜਿਹੜਾ ਇਹਨਾਂ ਨੇ ਕੱਲ੍ਹ ਪਿਛਲੇ ਹਾਊਸ 'ਚ ਡਿਵਲਪਮੈਂਟ ਦੇ ਏਜੰਡੇ ਰੋਕੇ ਹੈ, ਮੈਂ ਤਾਂ ਕਹਿੰਦਾ ਇੱਕ ਵਾਰੀ ਬੜੈਲ 'ਚ ਆ ਕੇ ਦੇਖੇ ਵੀ ਯਾਰ, ਇਹਨੂੰ ਲੋਕ ਜੇ ਜੁੱਤੀਆਂ ਦਾ ਹਾਰ ਪਾ ਕੇ ਨਾ ਭੇਜੇ ਤਾਂ ਮੇਰਾ ਨਾਮ ਬਦਲ ਦਿਓ, ਲੋਕਾਂ ਨੇ ਡਿਵਲਪਮੈਂਟ ਕੰਮ ਰੋਕੇ ਇਹਨਾਂ ਨੇ। ਸ਼ਿੰਦਰ ਸਿੱਧੂ ਕੇ ਅਨੁਸਾਰ ਮੇਅਰ ਕੋ ਨਗਰ ਨਿਗਮ ਕੀ ਬੈਠਕ ਬੁਲਾਨੇ ਕਾ ਅਧਿਕਾਰ ਹੈ, ਲੇਕਿਨ ਕਿਸੀ ਵੀ ਬੈਠਕ ਕੋ ਬੁਲਾਨੇ ਸੇ 72 ਘੰਟੇ ਪਹਿਲੇ ਇਸਕਾ ਨੋਟਿਸ ਪਾਰਸ਼ਦੋਂ ਕੇ ਪਾਸ ਜਾਣਾ ਚਾਹੀਏ, ਯਾ ਨਗਰ ਨਿਗਮ ਕੀ ਐਕਟ ਕੀ ਧਾਰਾ 57 ਕੇ ਅਨੁਸਾਰ ਜ਼ਰੂਰੀ ਹੈ। ਲੇਕਿਨ ਮੇਅਰ ਨੇ ਇਹ ਜੋ ਬੈਠਕ ਬੁਲਾਈ ਹੈ ਇਸਕਾ 24 ਘੰਟੇ ਪਹਿਲੇ ਹੀ ਨੋਟਿਸ ਜਾਰੀ ਕੀਆ ਗਿਆ ਹੈ, ਇਸ ਕਾਰਨ ਇਸ ਬੈਠਕ ਕੇ ਕੋਈ ਮਾਇਨੇ ਨਹੀਂ ਹੈ।